ਜਿਸ ਬੰਦੇ ਨੇ ਫਰਵਰੀ ਬਣਾਈ ਸੀ ਨਾ, ਉਹ ਬੰਦੇ ਨੇ 30 ਤੇ 31 ਫਰਵਰੀ ਤੇ ਕੱਢਤੀ ਤੇ ਉਹ ਭੁੱਲ ਗਿਆ 14 ਫਰਵਰੀ, ਇਹ ਵੀ ਮਨੂਸ ਦੇ ਨਾ ਇਹ ਵੀ ਕੱਢ ਦਿੰਦਾ। ਭਰਾਵਾ ਕਿਉਂ ਅਸੀਂ ਮਾੜੀ ਮੋਟੀ ਮਿਹਨਤ ਕਰਕੇ ਪੈਸੇ ਕਮਾਈ ਦੇ, ਇਹ ਸਾਰੇ ਇੱਥੇ ਲਵਾ ਦਿੰਦਾ ਹੈ। ਹਾਂਜੀ ਗਾਇਸ, ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ। ਸੋ ਗੱਜ ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਗੱਜ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ, ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਸੋ ਗੱਜ ਜਿੱਦਾਂ ਕਿ ਉਹਨੇ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ 'ਤੇ। ਸੋ ਗੱਜ ਆਓ ਤੁਹਾਨੂੰ ਦਿਖਾਉਂਦੇ ਸਟੋਰੀ। ਗੱਜ ਵੀਡੀਓ ਨੂੰ ਅੱਡ ਤੱਕ ਜ਼ਰੂਰ ਦੇਖਿਓ। ਸਾਨੂੰ ਬਾਹਰ ਨੂੰ ਸਾਰੀਆਂ ਰੋਟੀਆਂ, ਥੈਂਕ ਯੂ। ਜਾਂਦੇ ਜਾਂਦੇ ਰੋਟੀ ਵੀ ਖਾ ਲਾਂਗੇ, ਮਸ਼ੀਨ ਚਲਾਉਣੀ ਆ। ਚਲੋ ਜੀ, ਰਿਕਵਰ ਆਓ, ਚੱਲਾ ਆਪਣਾ ਨੌਂ ਵੀ। ਗੁੱਡ ਮਾਰਨਿੰਗ ਮੰਮੀ, ਹੈਵ ਏ ਨਾਈਸ ਡੇ, ਥੈਂਕ ਯੂ। ਟਰ ਨੂੰ ਆਪਣੇ ਕੋਟ 'ਚ ਮੈਂ ਗਲਤੀ ਕੀਤੀ, ਮੈਂ ਐਵੇਂ ਨਾ ਬਾਜ਼ਾਰ ਦੇ ਵਿੱਚ ਡਿੱਕ ਦੀ ਆਵਾਜ਼ ਫੁੱਲ ਕੀਤੀ, ਐਸ ਐੱਚ ਨੇ ਰੋਕ ਲਿਆ। ਪਰ ਐਸ ਐੱਚ ਓ ਇੰਨਾ ਚੰਗਾ ਨਾ, ਰੱਬ ਦਾ ਰੂਪ ਹੀ ਸੀ। ਨਹੀਂ ਆਪਾਂ ਸੋਰੀ ਫੀਲ ਕੀਤੀ, ਉਹ ਕਹਿੰਦੇ ਕੋਈ ਨਹੀਂ, ਵਾਰਨਿੰਗ ਦੇ ਕੇ ਛੱਡਤਾ। ਪਹਿਲੀ ਵਾਰੀ ਮੇਰੀ ਕਹਾਣੀ 'ਚ ਇੱਦਾਂ ਹੋਇਆ, ਜਾਂ ਟਰੈਕਟਰ ਚੰਗਾ ਜਾਂ, ਪਰ ਐਸ ਐੱਚ ਓ ਰੱਬ ਰੂਪ ਸੀ, ਬਹੁਤ ਚੰਗਾ ਸੀ ਕੋਟ 'ਚ ਸਾਡੇ ਦਾ ਐਸ ਐੱਚ ਓ। ਅਤੇ ਅੱਜ ਸੈਮ ਬਰਾੜ ਹੋਣੀ ਮੇਰੇ ਨਾਲ ਮੱਕੀ ਬੀਜਣ ਜਾ ਰਹੇ ਨੇ, ਆਏ। ਜਿਸ ਬੰਦੇ ਨੇ ਫਰਵਰੀ ਬਣਾਈ ਸੀ ਨਾ, ਉਹ ਬੰਦੇ ਨੇ 30 ਤੇ 31 ਫਰਵਰੀ ਤੇ ਕੱਢਤੀ ਤੇ ਉਹ ਭੁੱਲ ਗਿਆ 14 ਫਰਵਰੀ, ਇਹ ਵੀ ਮਨੂਸ ਦੇ ਨਾ ਇਹ ਵੀ ਕੱਢ ਦਿੰਦਾ। ਇਹਦਾ ਕੋਈ ਫਾਇਦਾ ਨਹੀਂ, ਇਹ ਦਿਨ ਨੂੰ ਵੀ ਸਾਡੀ ਜ਼ਿੰਦਗੀ ਜਦੋਂ ਕੱਢ ਦੇ। ਬਕਵਾਸ ਬਾਈ, ਇਹ ਪਤਾ ਹੀ ਨਹੀਂ 14 ਫਰਵਰੀ ਕੀ, ਫਰਵਰੀ ਮਹੀਨਾ ਹੀ ਕਲਹਿਣਾ ਆ। ਆਹ ਵੇਖ ਲਓ, ਧੁੰਦ ਪਈ ਜਾਂਦੀ ਆ, ਆਹ ਤੁਹਾਡੇ ਸਾਹਮਣੇ ਲੈ। ਇਹ 14 ਫਰਵਰੀ ਦਾ ਜਿਹੜਾ ਦਿਨ ਆ ਨਾ, ਸਾਡੇ ਲਈ ਬਹੁਤ ਮਾੜਾ, ਤੁਹਾਡੇ ਲਈ ਮਾੜਾ ਸੈਮ ਬਰਾੜ? ਹਾਂਜੀ ਬਿਲਕੁਲ ਬਾਈ, ਬਹੁਤ ਮਾੜਾ, ਬਹੁਤ। ਉਹ ਵੀ ਗੁੱਡ ਮਾਰਨਿੰਗ, ਵੈਰੀ ਵੈਰੀ। ਆਪਾਂ ਹੋ ਗਏ ਲੇਟ, ਨਹਾਉਣੀ ਜੀ ਚੱਲੇ ਆ ਦੇ ਘਰ ਨੂੰ, ਫਾਦਰ ਸਾਹਿਬ ਵੀ ਚੱਲੇ ਘਰ ਨੂੰ। ਹੈ ਉਹ ਮੇਹਰ ਕਰ, ਰੱਬਾ ਕਰ ਮੇਹਰ। ਉੱਧਰ ਜੱਟ ਹੁਣੇ ਕਹਿੰਦੇ ਬੀਜਣ ਵੀ ਚੱਲ ਗਏ ਤੜਕੇ ਉੱਠ ਕੇ ਮਸ਼ੀਨ 'ਤੇ, ਆਪਾਂ ਮਗਰ ਰਹਿ ਗਏ। ਆਪਾਂ ਵੀ ਜਾ ਆਈਏ ਮਾੜਾ ਜਿਹਾ, ਖਾਧ ਆਈਏ, ਨਾਲੇ ਖਾਣ ਪੀਣ ਦਾ ਪ੍ਰਬੰਧ ਕਰੀਏ, ਪਾਊ ਅਗਲਿਆਂ ਦਾ। ਲੈ ਵੀ ਆ ਵੇਖੋ, ਐਂ ਵੀ ਪਾਈ ਜਾ ਜੇ, ਕਿਉਂ ਨਾਰ ਦੇ ਦਾਣੇ ਅਰਗੇ ਡਿੱਗ ਦੇ ਕਿ ਨਹੀਂ ਹੌਲੀ ਹੌਲੀ ਵਿੱਚ। ਵੀ ਬਹੁਤ ਘੱਟ ਲੱਗਦਾ ਇੱਥੇ, ਤੇ ਤੂੰ ਬਾ ਹੋਈ ਸਨੈਪਚੈਟ ਆ ਹਨਾ। ਆ ਵੇਖ ਢੱਕਣ ਛਾਈ, ਨਹੀਂ ਨਹੀਂ ਵਾਧੂ ਡਾਈ ਇੱਧਰ, ਇੱਧਰ ਹੈਗੀ ਆ ਡਾਈ, ਬਸ ਬਹੁਤ ਠੀਕ ਆ ਇਹਦੇ 'ਚ ਘੱਟ। ਇਹੋ ਜਿਹਾ ਮਰਲਾ ਇੱਕ ਨਹੀਂ ਬੀਜਿਆ ਤੇ ਉਂਗਲ ਐਵੇਂ ਪੜਵਾ ਲਈ ਇਹਨੇ, ਹੁਣ ਸਾਰੀ ਦਿਹਾੜੀ ਕਹਿਣਾ ਮੈਂ ਕੰਮ ਕਰਦਾ ਸੀ ਤੇ ਮੇਰੀ ਉਂਗਲ ਤੇ ਸੱਟ ਲੱਗ ਗਈ ਵੇਖ ਲਾ। ਉਹ ਭਰਾਵਾ ਕਿਉਂ ਅਸੀਂ ਮਾੜੀ ਮੋਟੀ ਮਿਹਨਤ ਕਰਕੇ ਪੈਸੇ ਕਮਾਈ ਦੇ, ਇਹ ਸਾਰੇ ਇੱਥੇ ਲਵਾ ਦਿੰਦਾ ਹੈ ਬਗੈਰ ਤਾਂ। ਮੇਰਾ ਨਹੀਂ ਕਸੂਰ, ਇਹ ਕੀ ਹੈ? ਉਹ ਜਿਹੜਾ ਗੱਡੀ ਅੱਗੇ ਸਕਾਰਪੀਓ ਲੱਗ ਗਿਆ ਉਹਦਾ ਕਸੂਰ ਹੈ, ਜੋਤ ਦਾ ਲੋ ਉਹ ਜੋਤ ਦਾ ਜਮੈਂ ਥੋੜੀ ਸਾਜ ਲਾ ਗਿਆ। ਚੱਕ ਵੇ ਬੀਜੇ ਕਿਧਰ, ਹੁਣ ਕੰਮ ਨੇ ਬੜਿਆ ਆ ਰਹਿ ਗਿਆ, ਬਸ ਇੱਧਰ ਲੱਗ ਲਾ। ਐ ਸਫਾਈ ਪੂਰੀ ਕੱਢਦਾ ਨਾ ਹੁਣ, ਆ ਜਿਹੜੇ ਬੰਦੇ ਹੁੰਦੇ ਨਾ, ਇਹਨਾਂ ਨੂੰ ਇਹਨਾਂ ਦੇ ਘਰ ਦੇ ਵੀ ਕਹਿ ਦਿੰਦੇ ਹੁੰਦੇ ਆ, ਜਦੋਂ ਇਹ ਜੰਮਦੇ ਆ ਦੂਰ ਕਿਤੇ ਛੱਡ ਆਉਂਦੇ ਆ ਕਿ ਆਪੇ ਕੋਈ ਲੈ ਜੇ ਬਾਹਰੋਂ ਬਾਰੀ ਇਹਨਾਂ ਨੂੰ ਘਰੇ ਨਾ। ਹੁਣ ਵੇਖਿਆ ਤਰੱਕੀ ਦੇ ਰਾਹ ਤੇ ਪੰਜਾਬ, ਲੈ ਵੀ ਵਾਹ ਜੀ ਵਾਹ। ਬ੍ਰੇਕਾਂ ਬਰੂਕਾਂ ਲਾ ਦੇ, ਚੱਕ ਦੇ ਰੋਕ ਦੇ ਪਾ। ਹਾਂਜੀ ਗਾਇਜ਼, ਤੁਸੀਂ ਦੇਖ ਹੀ ਲਓ ਸਟੋਰੀ ਗਾਇਜ਼। ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।